ਪੰਜਾਬ ਦੇ ਹਾਲਾਤਾਂ ਦੇ ਜਿਹੜੇ ਅੱਗੇ ਅਕਸਰ ਆਪਾਂ ਦੇਖਿਆ ਕਿ ਉਹ ਮੁੱਦੇ ਚੱਕਦੇ ਹੋ, ਆਵਾਜ਼ ਚੱਕਦੇ ਹੋ, ਕੀ ਚੱਕਰ ਪੈ ਗਿਆ ਹੁਣ? ਹੁਣ ਅੱਜ ਏਸੀ ਥੱਲੇ ਬੈਠੇ ਹੋਏ ਹੋ, ਘਰਾਂ ਦੇ ਵਿੱਚ ਵੜ ਕੇ ਬੈਠੇ ਹੋ, ਹੁਣ ਆਵਾਜ਼ ਕਿਉਂ ਨਹੀਂ ਨਿਕਲਦੀ? ਕਿਹੜੇ ਹਾਲਾਤਾਂ ਦੀ ਗੱਲ ਕਰਦੇ ਹੋ? ਪੰਜਾਬ ਦੇ ਹਾਲਾਤਾਂ ਦੀ ਗੱਲ ਕਰ। ਕੀ ਹੋਇਆ ਪੰਜਾਬ? ਪੰਜਾਬ 'ਚ ਹੜ੍ਹ ਦੀ ਸਥਿਤੀ ਆਈ ਹੋਈ ਆ, ਹੁਣ ਚੁੱਪ ਬੈਠੇ ਹੋ ਕਿਉਂ? ਮੈਂ ਨਹੀਂ, ਉਹਨਾਂ ਨੂੰ ਪੁੱਛੋ ਜਾ ਕੇ। ਉਹਨਾਂ ਨੂੰ ਪੁੱਛੋ ਜਾ ਕੇ। ਕਿਹਨਾਂ ਨੂੰ ਪੁੱਛੋ? ਉਹਨਾਂ ਨੂੰ ਪੁੱਛੋ ਯਾਰ। ਮੈਂ ਪੁੱਛ ਰਿਹਾ ਕਿਹਨੂੰ ਪੁੱਛੋ? ਉਹਨਾਂ ਨੂੰ ਪੁੱਛੋ ਜਾ ਕੇ। ਸਾਨੂੰ ਕਾਹਨੂੰ ਪੁੱਛਦੇ ਹੋ? ਉਹਨਾਂ ਨੂੰ ਪੁੱਛੋ। ਉਦੋਂ ਉਸ ਵੇਲੇ ਵੀ ਉਹਨਾਂ ਨੂੰ ਪੁੱਛ ਲਿਆ ਕਰਾਂਗੇ ਫਿਰ ਤਾਂ, ਮੈਨੂੰ ਲੱਗਦਾ ਜਦੋਂ ਪਹਿਲਾਂ ਫਿਰ ਪਹਿਲਾਂ ਪੰਜਾਬ ਦੇ ਉੱਤੇ ਕਿਉਂ ਗੱਲਾਂ ਕਰਦੇ ਹੋ ਤੁਸੀਂ ਕਿ ਪੰਜਾਬ ਦੇ ਇੱਦਾਂ ਹੋ ਗਏ, ਪੰਜਾਬ 'ਚ ਤੁਹਾਨੂੰ ਆਹ ਚਾਹੀਦਾ, ਪੰਜਾਬ 'ਚ ਹਿੰਦੂ ਮੁੱਖ ਮੰਤਰੀ ਚਾਹੀਦਾ, ਪੰਜਾਬ 'ਚ ਚਾਹੀਦਾ, ਹੁਣ ਪੰਜਾਬ ਦੇ ਹਾਲਾਤ ਤੁਸੀਂ ਕਿਉਂ ਉਹਨਾਂ ਨੂੰ ਪੁੱਛੇ ਜਾ ਕੇ? ਇਹਨੂੰ ਟੋਏ ਟੱਬੇ ਪੱਟਣ, ਆਪਣੇ ਖੇਤਾਂ 'ਚ ਗਡਾਉਨਾਂ 'ਚ ਰੱਖਣ, ਆ ਲੱਖੇ ਸਿਧਾਣੇ ਵਰਗੇ ਹੋਰ ਜਿਹੜੇ ਦੁੱਕੀ ਤਿੱਕੀ ਚੌਕੀ ਬੋਲਦੇ ਸੀਗੇ ਕਿ ਵੀ ਪਾਣੀਆਂ 'ਤੇ ਸਾਡਾ ਹੱਕ, ਸਾਡਾ ਹੱਕ, ਭਾਈ ਸੰਭਾਲੋ, ਹੁਣ ਕਿਉਂ ਨਹੀਂ ਸੰਭਾਲਦੇ? ਉਹਨੂੰ ਇੰਨਾ ਪਾਣੀ, ਇੰਦਰ ਦੇਵਤਾ ਪ੍ਰਸੰਨ ਹੋ ਗਏ, ਸੰਭਾਲੋ। ਪਹਿਲਾਂ ਤਾਂ ਹੋਰ ਪ੍ਰਸੰਨ ਹੋ ਗਏ, ਪਰ ਕਿਤੇ ਨਾ ਕਿਤੇ ਮੈਨੂੰ ਇੱਕ ਚੀਜ਼ ਦੱਸੋ, ਹੜ੍ਹ ਦਾ ਦੁੱਖ ਹੈਗਾ ਉਹ ਜਿਹੜੇ ਪਿੰਡਾਂ ਦੇ ਪਿੰਡ ਰੁੜਦੇ? ਬਿਲਕੁਲ ਦੁੱਖ ਹੈ ਹੜ੍ਹ, ਬੋਲਦੇ ਕਿਉਂ ਨਹੀਂ? ਇੱਕ ਮਿੰਟ, ਮੇਰੀ ਖੋਤੀ ਵੀਡੀਓ, ਮੈਂ ਇੱਕ ਮਿੰਟ ਮੈਂ ਤੁਹਾਡੀ ਗੱਲ ਸੁਣੂਗਾ। ਮੈਂ ਤੁਹਾਨੂੰ ਦੱਸਣਾ ਮੈਂ ਵੀਡੀਓ ਪਾਈ, ਮੇਰੀ ਵੀਡੀਓ ਦੇ ਨਾਲ ਹੀ NGO ਤੱਕ ਜਿਹੜੀਆਂ ਉੱਥੇ ਪਹੁੰਚੀਆਂ, ਪਰਿਵਾਰਾਂ ਦੀ ਮਦਦ ਤੱਕ ਹੋ ਗਈ। ਕਿੰਨੀ ਕੁ ਮਦਦ ਕਰਤੀ ਹੁਣ? 4 ਦਿਨ ਹੋ ਗਏ ਹੜ੍ਹ ਦੇ ਹਾਲਾਤ ਬਣੇ ਹੋਏ ਨੇ, ਕਿੱਥੇ ਜਾ ਕੇ ਮਦਦ ਕਰਕੇ? ਸਿੱਖ ਭਾਈਚਾਰੇ ਦੇ ਲੋਕ ਜਾਂ ਸਾਡੇ ਸਨਾਤਨੀ ਹਿੰਦੂ ਭਾਈਚਾਰੇ ਦੇ ਲੋਕ, ਲੰਗਰ ਮਾਂ ਅੰਨਪੂਰਨਾ ਔਰ ਬਾਬੇ ਨਾਨਕ ਦੇ ਨਾਂ ਦਾ ਚੱਲਦਾ, ਚੱਲ ਰਿਹਾ, ਲਗਾਤਾਰ ਚੱਲ ਰਿਹਾ। ਜ਼ਰੂਰੀ ਨਹੀਂ ਹੈ ਭਾਨੂ ਪ੍ਰਤਾਪ ਹੈਲਪ ਕਰਨ ਜਾਵੇ, ਵੀਡੀਓ ਬਣਾ ਕੇ ਪਾਵੇ। ਅੱਗੇ ਕਿਉਂ ਭਾਨੇ ਹੋ? ਕਿਸੇ ਨੂੰ ਜਲੀਲ ਪਹਿਲਾਂ ਕਿਉਂ ਕਿਸੇ ਪਹਿਲਾਂ ਕਿਉਂ ਵੀਡੀਓ ਕਿਸੇ ਪਰ ਮੈਂ ਕਿਹਾ ਪਹਿਲਾਂ ਕਿਉਂ ਵੀਡੀਓ ਬੰਦ ਪੰਜਾਬ ਜਿਹੜੇ ਲੋਕ ਨੇ, ਪੰਜਾਬ ਦੇ ਲੋਕ ਨੇ, ਪੰਜਾਬੀਅਤ ਲਈ ਇੱਕ ਵੀਡੀਓ ਨੀ ਪਾ ਹੋਈ ਤੁਹਾਡੇ ਕੋਲੇ ਕਿ ਜਿਹੜੇ ਪੰਜਾਬ ਦੇ ਲੋਕ ਖਤਰੇ ਦੇ ਵਿੱਚ, ਜਿਹੜੇ ਪਿੰਡ ਦੇ ਪਿੰਡ ਡੁੱਬਦੇ ਪਏ ਨੇ, ਤੁਹਾਡੇ ਕੋਲ ਇੱਕ ਵੀਡੀਓ ਪਾ ਕੇ ਉਹਨਾਂ ਦਾ ਹਾਲ ਨਹੀਂ ਜਾਣਿਆ ਗਿਆ? ਸਾਡੇ ਬ੍ਰੇਕਿੰਗ ਨਿਊਜ਼ ਪੰਜਾਬ ਦੇ ਚੱਲ, ਉਹਨਾਂ TRP ਦੀ ਲੋੜ ਨਹੀਂ, ਸਾਡੀ TRP ਪਹਿਲੀ ਗੱਲ ਬਣਾਓ, ਅਸੀਂ ਮੁੱਦਾ ਨਹੀਂ ਬਣਾ ਰਹੇ, ਅਸੀਂ ਮੁੱਦਾ ਇਹ ਬਣਾ ਰਹੇ ਹਾਂ ਮੈਂ ਕਹਿ ਰਿਹਾ ਅਸੀਂ ਮੁੱਦਾ ਇਹ ਬਣਾ ਰਹੇ ਹਾਂ ਕਿ ਜਿਹੜੇ ਅੱਗੇ ਪੰਜਾਬ ਦੇ ਹਾਲਾਤਾਂ ਦੇ ਗੱਲ ਕਰਨ ਵਾਲੇ ਬੰਦੇ ਅੱਜ ਚੁੱਪ ਕਿਉਂ ਹੈ? ਕੁਦਰਤੀ ਚੀਜ਼ ਹੈ ਜਲ, ਮੈਂ ਤਾਂ ਉਹੀ ਚੀਜ਼ ਪੁੱਛਣਾ ਚਾਹੁੰਦਾ ਤੁਹਾਨੂੰ, ਤੁਹਾਡੇ ਹਿਸਾਬ ਨਾਲ ਕੀ ਲੱਗਦਾ? ਕਿਉਂਕਿ ਮੇਰੇ ਹਿਸਾਬ ਨਾਲ ਤਾਂ ਇੱਕ ਤਰ੍ਹਾਂ ਦੀ ਕੁਦਰਤੀ ਮਾਰ ਹੈ ਕਿ ਇਹਦੇ ਵਿੱਚ ਲੋਕ ਇਹ ਚੀਜ਼ ਕਹੀ ਜਾਂਦੇ, ਕਹਿੰਦੇ ਪ੍ਰਸ਼ਾਸਨ ਦੀ ਲੜਾਈ ਹੈ ਜੀ, ਇਹ ਇੱਥੇ ਇੱਦਾਂ ਹੋਣਾ ਚਾਹੀਦਾ ਸੀ, ਅਸੀਂ ਵੀ ਕਹਿੰਦੇ ਆ ਕੁਦਰਤੀ ਮਾਰ ਹੈ, ਪਰ ਪਾਣੀ ਹਮੇਸ਼ਾ ਕੁਦਰਤ ਨੇ ਦਿੱਤਾ, ਨਾ ਪੰਜਾਬ ਦਾ, ਨਾ ਹਰਿਆਣੇ ਦਾ, ਨਾ ਹਿਮਾਚਲ ਦਾ, ਪਾਣੀ ਕੁਦਰਤ ਦਾ, ਫਿਰ ਉੱਥੇ ਪੰਜਾਬ ਦਾ ਇਕੱਲੇ ਦਾ ਹੱਕ ਕਿਉਂ? ਰੱਬ ਨੇ ਇਹ ਉਹਨਾਂ ਲੋਕਾਂ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਮਾਰੀ ਹੈ ਜਿਹੜੇ ਪਾਣੀ ਦੇ ਹੱਕ ਜਮਾਉਂਦੇ ਸੀਗੇ। ਕੋਈ ਸੇਵਾ ਕਰਨ ਲਈ ਮੂਹਰੇ ਨਹੀਂ ਆ ਰਿਹਾ, ਜਿਹੜੀ ਜਥੇਬੰਦੀਆਂ ਰੌਲਾ ਪਾਉਂਦੀ ਸੀ SYL ਦੇ ਉੱਪਰ ਜਾਂ ਪਾਣੀ ਦੇ ਉੱਪਰ, ਜਥੇਬੰਦੀ ਰੌਲਾ ਪਾਉਂਦੀ, ਸਰਕਾਰ ਨੂੰ ਘੇਰਦੀ ਸੀ, ਅੱਜ ਉਹ ਕਿੱਥੇ ਨੇ? ਹੁਣ ਤਾਂ ਰੱਬ ਨੇ ਸਿੱਧਾ ਤੁਹਾਨੂੰ ਦੇ ਦਿੱਤਾ, ਹੁਣ ਤੁਹਾਨੂੰ ਹਿਮਾਚਲ ਦਾ ਪਾਣੀ ਨਹੀਂ ਆ ਰਿਹਾ, ਹਿਮਾਚਲ ਦੇ ਪਹਾੜਾਂ 'ਚੋਂ ਪਾਣੀ ਨਹੀਂ ਆ ਰਿਹਾ, ਹੁਣ ਤਾਂ ਰੱਬ ਨੇ ਤੁਹਾਨੂੰ ਸਿੱਧਾ ਦੇ ਦਿੱਤਾ, ਇਹ ਪਾਣੀ ਨੂੰ ਆਪਣੇ ਗਡਾਉਨਾਂ 'ਚ ਲੈ ਕੇ ਸੇਵ ਕਰੋ, ਆਪਣੇ ਕੋਠਿਆਂ ਦੇ ਛੱਤਾਂ 'ਤੇ ਸੇਵ ਕਰੋ, ਆਪਣੇ ਖੇਤਾਂ 'ਚ ਟੋਏ ਟੱਪੇ ਬਣਾ ਕੇ, ਤਲਾਬ ਬਣਾ ਕੇ ਉੱਥੇ ਇਸ ਪਾਣੀ ਨੂੰ ਸੇਵ ਕਰੋ। ਉਹ SGPC ਕਿੱਥੇ ਹੈ ਜਿਹਨੇ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ, ਅੱਤਵਾਦੀ ਦੀ ਫੋਟੋ ਦਰਬਾਰ ਸਾਹਿਬ ਦੇ ਪਵਿੱਤਰ ਸਥਾਨ ਵਿੱਚ ਲਗਾਈ ਹੋਈ ਹੈ? ਹੁਣ ਪੁੱਛਣ ਵਾਲਾ ਹੋਵੇ ਉਹਨਾਂ ਲੋਕਾਂ ਨੂੰ, ਹੁਣ ਜਿਹੜੀ ਕੁਦਰਤੀ ਮਾਰ ਪੈ ਰਹੀ ਹੈ, ਫਿਰ ਸਰਕਾਰ ਨੂੰ ਦੋਸ਼ੀ ਕਿਉਂ ਮੰਨਦੇ ਪਏ? ਕੁਦਰਤ ਕਹਿੰਦੀ ਹੈ ਪਾਣੀ ਮੇਰੀ ਦਾਤ ਹੈ, ਮੇਰੀ ਹੀ ਰਹੂਗੀ, ਇੱਥੇ ਕੋਈ ਹੱਕ ਨਾ ਜਮਾਵੇ, ਜਿੰਨਾ ਤੈਨੂੰ ਲੋੜ ਹੈ ਤੂੰ ਪੀ ਲਾ, ਬਾਕੀ ਦਾ ਗੁਆਂਢੀ ਨੂੰ ਦੇ। ਇਹਨੂੰ ਕੋਈ ਚੈਲੰਜ ਨਹੀਂ ਕਰ ਸਕਦਾ, ਅਸੀਂ ਤਾਂ ਗੱਲ ਉਹਨਾਂ ਦੀ ਕਰਦੇ ਹਾਂ ਜਿਹੜੇ ਕਹਿੰਦੇ ਸੀ ਪਾਣੀ ਸਾਡਾ,
ਸਾਡਾ ਹੱਕ ਹੁਣ ਉਹਨਾਂ ਨੂੰ ਪੁੱਛਦੇ ਆ ਭਾਈ ਇਹ ਤੁਹਾਡਾ ਹੱਕ ਸੀ ਹੁਣ ਇਹਨੂੰ ਸੰਭਾਲੋ। ਪਰ ਅਫਸੋਸ ਦੇ ਨਾਲ ਨਾਲ ਅਸੀਂ ਇਹ ਵੀ ਕਹਿਣਾ ਚਾਹਾਂਗੇ ਜੇ ਇਹ ਜਿੱਦਬਾਜ਼ੀ ਛੱਡ ਦਿੰਦੇ ਵੀ ਪੰਜਾਬ ਦਾ ਪਾਣੀ ਬਾਹਰ ਕੱਢ ਦਿਓ ਜਾਂ ਬਾਹਰੋਂ ਨਹਿਰਾ ਕੱਢ ਦਿਓ ਪੰਜਾਬ 'ਚੋਂ ਬਾਹਰ ਕੱਢ ਦਿਓ ਤਾਂ ਅਜੇ ਪੰਜਾਬ 'ਚ ਹਾਲਾਤ ਨਾ ਹੁੰਦੇ। ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਾਂਗੇ ਅੱਜ ਵੀ ਪਾਵਾਂਗੇ ਵੀਡੀਓ ਪੰਜਾਬ ਦਾ ਹੁੰਦਾ ਨਾ 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 ਇਹ ਪੰਜਾਬ ਛਾੜਿਆ ਪੰਜਾਬ ਦਾ ਮੁੱਦਾ। ਸਤਿ ਸ਼੍ਰੀ ਅਕਾਲ ਨਮਸਕਾਰ ਦਾ ਬ੍ਰੇਕਿੰਗ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕਿਤੋਂ ਮੈਂ ਸਵਾਗਤ ਕਰਦਾ ਜਿੱਥੇ ਕਿ ਸਭ ਨੂੰ ਪਤਾ ਪੂਰੇ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਜਿਹੜੇ ਨੇ ਪੈਦਾ ਹੋਏ ਹੋਏ ਨੇ ਲਗਾਤਾਰ ਯਾਨੀ ਕਿ ਲੋਕ ਜਿਹੜੇ ਨੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲੋਕਾਂ ਦੇ ਵਿੱਚ ਅਤੇ ਲਗਾਤਾਰ ਲੋਕ ਸਹਿਮੇ ਹੋਏ ਦਿਖਾਈ ਦੇ ਰਹੇ ਨੇ ਜਿੱਥੇ ਕਿ ਪਾਣੀ ਜਿਹੜਾ ਲਗਾਤਾਰ ਛੱਡਿਆ ਜਾ ਰਿਹਾ ਬਰਸਾਤਾਂ ਜਿਹੜੀਆਂ ਨੇ ਪਹਾੜਾਂ ਦੇ ਵਿੱਚ ਹੋ ਰਹੀਆਂ ਨੇ ਉਹਦੇ ਕਰਕੇ ਡੈਮ ਦੇ ਜਿਹੜੇ ਫਲੱਡ ਗੇਟ ਖੋਲ੍ਹੇ ਗਏ ਨੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਜਿਹੜੇ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਨੇ ਸ਼ਿਵ ਸੈਨਾ ਆਗੂ ਸ਼ਿਵ ਸੈਨਾ ਪੰਜਾਬ ਦੇ ਆਗੂ ਜਿਹੜੇ ਨੇ ਲਗਾਤਾਰ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਨ ਵਾਲੇ